स्वागत है किसान वीरों तुहाडा सिदक डेयरी फार्मिंग दे विच। किसान वीरों अज जिहड़ी वीडियो बना रहे हैं पिंड पक्का पक्का नंबर 3 जिला फरीदकोट ते फरीदकोट तो अमृतसर नूं जाना है तो रोड दे उत्ते टेणा पिंड उदों अगे एक पासे टेणा ते दूजे हथ नूं पक्के नां दे पिंड शुरू हो जांदे है। चार पक्के आ दोस्तो जिहदे चों 3 नंबर 'च आपां वीडियो बना रहे हैं। ਜਿਹੜੇ ਘਰ 'ਚ ਵੀਡੀਓ ਬਣਾ ਰਹੇ ਹਾਂ ਇਹਨਾਂ ਕੋਲ ਮੱਝਾਂ ਆਉਂਦੀਆਂ ਵਿਕਰੀ ਵਾਸਤੇ ਵਪਾਰ ਦਾ ਕੰਮ ਆ। ਦੋ ਨਾਗ ਦਿਖਾਊਂਗਾ ਦੋਸਤੋ, ਇੱਕ ਤਾਂ ਜਿਹੜੀ ਗਾਲਾ ਕਰੀ ਜਾਂਦੀ ਹੈ ਮੱਝ ਸਾਹਮਣੇ ਦੇਖ ਰਹੇ ਹੋ, ਇੱਕ ਇਹਦੋਂ ਅੱਗੇ ਵੈਸੇ ਖੜੀ ਹੈ, ਸੋ ਦੋਨੇ ਸੂਣ ਵਾਲੀਆਂ ਕੱਢਣ ਮੱਝਾਂ। ਆਓ ਇਹਨਾਂ ਦੀ ਜਾਣਕਾਰੀ ਲਈਏ ਅਤੇ ਨਾਲ ਰੇਟ ਡਿਟੇਲ ਪੁੱਛਦੇ ਹਾਂ। ਜਿਹਨੂੰ ਜਿਹੜਾ ਪਸ਼ੂ ਚੰਗਾ ਲੱਗੇ ਆ ਕੇ ਆਪਦੀ ਤਸੱਲੀ ਨਾਲ ਖਰੀਦ ਲਿਓ। ਆਓ ਬਾਈ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜੀ। ਨਾਮ ਦੱਸੀ? ਸੁਖਪ੍ਰੀਤ ਸਿੰਘ ਜੀ। ਸੁਖਪ੍ਰੀਤ ਬਾਈ ਆਈ ਜਾਂਦੇ ਪਸ਼ੂ ਰੂਟੀਨ? ਹਾਂ, ਰੂਟੀਨ 'ਚ ਅੱਗੇ ਦਾ ਵੀ ਆਪਣਾ ਗਾਂ ਦਾ ਸੀ ਕੰਮ। ਠੀਕ ਹੈ। ਤੇ ਹੁਣ ਗਾਂ ਥੋੜਾ ਜਿਹਾ ਬਿਮਾਰੀ ਕਰਕੇ ਥੋੜਾ ਚੱਲਦੇ ਆ, ਤੇ ਉਹ ਗਾਂ ਚੱਲ ਪਈ ਆ ਵੈਸੇ ਵਧੀਆ। ਠੀਕ ਹੈ। ਤੇ ਗਾਂ ਵੀ ਲਿਆ ਕਰਾਂਗੇ ਤੇ ਉਹ ਮੱਝ ਆਪਾਂ ਹੁਣ ਸ਼ੁਰੂ ਕੀਤੀ ਹੈ ਜੀ। ਮੱਝ ਹੁਣ ਸ਼ੁਰੂ ਕੀਤੀ? ਹਾਂਜੀ ਹਾਂਜੀ। ਅੱਜ ਜਿਹੜੀ ਪਹਿਲੇ ਨੰਬਰ ਤੇ ਮੱਝ, ਕਿੰਨਾ ਮਹਿਸੂਸ? ਇਹ ਬਾਈ ਜੀ ਤੀਜਾ ਸੂਆ ਸੂ ਰਹੀ ਹੈ ਜੀ। ਕਿੰਨਾ ਚਿਰ ਬਾਕੀ? ਤੇ ਮੰਨ ਕੇ ਚੱਲ ਇਹਦੇ 10 ਤੋਂ 12 ਦਿਨ ਬਾਕੀ ਹੈ ਜੀ। 10-12 ਦਿਨਾਂ ਦੀ ਕੱਚੀ? ਹਾਂ, 10-12 ਦਿਨਾਂ ਦੀ ਕੱਚੀ ਹੈ ਜੀ। ਠੀਕ ਹੈ। ਹਾਂ, ਤੇ ਤੀਜਾ ਸੂਆ ਸੂ ਰਹੀ ਹੈ। ਰੇਟ ਕੀ ਰੱਖਾਂਗੇ? ਰੇਟ ਇਹਦਾ 85,000 ਰੁਪਏ। ਖੋਲੀ ਦੋਸਤੋ, ਬਹੁਤ ਸੋਹਣੇ ਥਣਾਂ ਦੀ ਮੱਝ ਹੈ, ਦੁੱਧ ਵਾਲੀ ਨਿਕਲੂਗੀ। ਇੱਥੋਂ ਤੁਸੀਂ ਇਹਦੇ ਥਣ ਦੇਖ ਲਓ, ਚੰਗੇ ਥਣ ਦਿਸਦੇ ਆ। ਚਾਰੇ ਥਣ ਦਾ ਸਾਈਜ਼ ਬਹੁਤ ਸੋਹਣਾ ਹੈ, ਅਗਲੇ ਥਣ ਵੀ ਇਹਦੇ ਬਰਾਬਰ ਦੇ ਆ। ਅਗਾੜੀ ਵੀ ਜਿਹੜੀ ਉਹ ਚੰਗੀ ਦਿਸਦੀ ਹੈ ਪਰ ਹਜੇ ਕੱਚੀ ਹੈ। ਬਾਡੀ ਬਾਂਦਰ ਮੱਝ ਦੀ ਬਹੁਤ ਚੰਗੀ ਹੈ, ਇਹਦੇ ਸਿੰਗਾਂ ਦੀ ਸ਼ੇਪ ਦੋਵਾਂ ਦੀ ਆਪਸ ਵਿੱਚ ਰਲਦੀ ਨਹੀਂ ਜੀ। ਹਵਾਨਾ 10-12 ਦਿਨਾਂ ਦੀ ਕੱਚੀ ਮੱਝ ਦੇ ਹਿਸਾਬ 'ਤੇ ਬਹੁਤ ਚੰਗਾ, ਦੁੱਧ ਵਾਲੀ ਨਿਕਲੂਗੀ। ਇੱਥੋਂ ਇਹਦਾ ਆਈਡੀਆ ਹੁੰਦਾ, ਰੇਟ 85,000 ਹੈ। ਸਿੰਗ ਦੋਸਤੋ ਮੈਂ ਪਹਿਲਾਂ ਹੀ ਦੱਸਦਾ ਜੀ, ਹੈ ਕੁੰਡੇ ਪਰ ਇੱਕ ਦੀ ਸ਼ੇਪ ਹੋਰ ਹੈ ਅਤੇ ਦੂਜੇ ਦੀ ਹੋਰ ਹੈ। ਦਰਮਿਆਨੇ ਕੱਦ 'ਚ ਚੰਗੇ ਦੁੱਧ ਵਾਲੀ ਮੱਝ ਦਿਸਦੀ ਹੈ। ਬਾਕੀ ਦੁੱਧ ਜਿਹੜਾ ਕੁਐਸਚਨ ਇਸ ਲਈ ਨਹੀਂ ਕੀਤਾ ਸੀ ਕਿਉਂਕਿ ਉਹ ਤੁਹਾਡੀ ਸੇਵਾ 'ਤੇ ਡਿਪੈਂਡ ਕਰੂਗਾ, ਆਪੇ ਜਿਹੜਾ ਵੀਰ ਖਰੀਦਦਾ ਉਹ ਸਮਝੂਗਾ। ਪਰ ਥਣ ਅਤੇ ਹਵਾਨਾ ਮੱਝ ਦਾ ਬਹੁਤ ਚੰਗਾ, ਇੱਥੋਂ ਤੁਸੀਂ ਹਵਾਨੇ 'ਚ ਸਪੇਸ ਦੇਖੋ ਬਾਈ ਇਹਦੀ ਪੂਛ ਪਹਿਲੀ ਵਾਰੀ। ਬਾਕੀ ਇੱਕ ਹੋਰ ਜਿਹੜੇ ਮੈਂ ਜਿਹੜੀ ਆਮ ਪਸ਼ੂ ਜਦੋਂ ਵੀਡੀਓ ਬਣਾਉਂਦੇ ਆ ਅਤੇ ਕੁਛ ਲੱਛਣ ਦੱਸਦੇ ਹੁੰਦੇ ਆ, ਤੁਹਾਨੂੰ ਦਿਖਾਊਂਗਾ। ਇਹਨੇ ਗਾਲਾ ਨਹੀਂ ਛੱਡਿਆ ਮੱਝ ਨੇ ਜਦੋਂ ਦਾ ਮੈਂ ਇੱਥੇ ਆਇਆ ਜਾਂ ਵੀਡੀਓ ਬਣਾਉਂਦੇ ਸੀ ਆਪਾਂ, ਹੁਣ ਵੀ ਤੋਰ ਕੇ ਵੱਧੀ ਆ ਤਾਂ ਫਿਰ ਵੀ ਗਾਲਾ ਕਰੀ ਜਾਂਦੀ ਹੈ। ਇਹ ਲੱਛਣ ਹੀ ਹੁੰਦੇ ਕਿਉਂਕਿ ਜਿੰਨਾ ਪਸ਼ੂ ਗਾਲਾ ਜ਼ਿਆਦਾ ਕਰੂਗਾ ਅਤੇ ਓਨਾ ਹੀ ਉਸ ਪਸ਼ੂ ਨੇ ਦੁੱਧ ਪੈਦਾ ਕਰਨਾ, ਓਨਾ ਹੀ ਦੁੱਧ ਅੰਦਰ ਤਿਆਰ ਕਰਨਾ। ਸੋ ਇਹ ਇੱਕ ਨਿਸ਼ਾਨੀ ਹੈਗੀ ਆ ਦੁੱਧ ਵਾਲੀਆਂ ਮੱਝਾਂ ਦੀ। ਤੁਸੀਂ ਹਵਾਨਾ ਫਿਰ ਦੇਖੋ ਦੱਸੋ, ਸੋਹਣੀ ਮੱਝ, ਜਿਹਨੂੰ ਚੰਗੀ ਲੱਗੇ ਤਾਂ ਕੰਟੈਕਟ ਬਾਈ ਨਾ ਕਰੋ। ਬਾਡੀ ਬਾਂਦਰ ਦੀ ਗੱਲ ਕਰਦੇ ਹਾਂ ਤਾਂ ਉਹ ਵੀ ਬਹੁਤ ਸੋਹਣੀ ਹੈ, ਗੁੰਦਵੇਂ ਸਰੀਰ ਦੀ ਮੱਝ। ਸਿੰਗ ਜ਼ਰੂਰ ਤੁਹਾਨੂੰ ਦਿਖਾ ਦਿੰਦਾ ਮੈਂ, ਇਸ ਤਰ੍ਹਾਂ ਦੀ ਸ਼ੇਪ ਆ ਦੱਸੋ ਦੋਵਾਂ ਸਿੰਗਾਂ ਦੀ। ਸੋ ਆਓ ਦੂਜੀ ਮੱਝ ਬਾਰੇ ਬਾਈ ਤੋਂ ਜਾਣਕਾਰੀ ਲੈਂਦੇ ਹਾਂ। ਬਾਈ ਜਿਹੜੀ ਇਹ 2 ਨੰਬਰ 'ਤੇ ਮੱਝ, ਇਹ ਕਿੰਨਾ ਸੂ ਹੈ? ਇਹ ਵੀ ਬਾਈ ਜੀ ਤੀਜਾ ਸੂ ਹੈ। ਇਹਦਾ ਕਿੰਨਾ ਟਾਈਮ ਬਾਕੀ ਹੈ? ਇਹਦਾ ਵੀ 10 ਤੋਂ 12 ਦਿਨ ਹੀ ਇਹ ਲੈਂਦੀ ਹੈ। ਠੀਕ ਹੈ। ਅੱਛਾ, ਇਹਦਾ ਰੇਟ ਕੀ ਰੱਖਿਆ? ਇਹਦਾ ਮੁੱਲ 80,000 ਰੁਪਇਆ ਜੀ। 80,000, ਠੀਕ ਹੈ। ਦੱਸੋ ਚੰਗੇ ਕੱਦ ਦੀ ਹੈ, ਬਾਕੀ ਤੋਰੂਗਾ ਵੀਰ। ਖੋਲੀ ਬਾਈ, ਤੁਹਾਨੂੰ ਥਾਣੇ ਦੇ ਮੈਂ ਵੈਸੇ ਦਿਖਾ ਦੂੰਗਾ ਜਦੋਂ ਮੈਂ ਇਹਦੇ ਇਹਨੂੰ ਤੋਰ ਕੇ ਬੰਨਤਾ, ਉਦੋਂ ਬਾਅਦ 'ਚ ਤੁਹਾਨੂੰ ਥਣ ਦਿਖਾਊਂਗਾ। ਜਿਹੜੀ ਇਹ ਮੱਝ ਹੈ ਇਹਦੇ ਬਹੁਤ ਸੋਹਣੇ ਥਣ ਲੱਗੇ ਹੋਏ ਆ, ਸੋ ਇਹ ਵੀ ਤੋਰ ਕੇ ਤੁਹਾਨੂੰ ਦਿਖਾਉਣਾ। ਇਹਦਾ ਰੇਟ 80,000 ਦੱਸੋ ਬਾਈ ਨੇ ਰੱਖਿਆ। ਭਲੂਣ ਹਵਾਨੇ 'ਤੇ ਥੋੜ੍ਹੀ ਥੋੜ੍ਹੀ ਦਿਸਣ ਲੱਗ ਗਈ ਹੈ, 10-12 ਦਿਨ ਅਜੇ ਵੀ ਲੈਂਦੀ ਹੈ ਪੁੜੇ। ਹਾਲਾਂਕਿ ਇਹਦੇ ਤੋੜੇ ਵੇ ਆ, ਪੁੜੇ ਨਵਾਏ ਵੇ ਆ, ਪਰ ਕਈ ਵਾਰ ਉੱਪਰੇ ਘਰੇ ਆ ਕੇ ਵੀ ਪਸ਼ੂ ਪੁੜੇ ਨਵਾ ਜਾਂਦਾ। ਇਹਦੀ ਵੇਲ ਚੰਗੀ ਆ, ਕੱਦ ਵੀ ਠੀਕ ਹੈ, ਬਾਕੀ ਢਾਂਚਾ ਜਿਹੜਾ ਉਹ ਤੁਸੀਂ ਵੀਡੀਓ 'ਚੋਂ ਦੇਖ ਸਕਦੇ ਹੋ। ਬਾਲੇ ਆ ਵੀਰੇ, ਉਹ ਕੱਦ ਕਾਠ ਦਾ ਅੰਦਾਜ਼ਾ ਜੋ ਬਾਈ ਨਾਲੇ ਮੱਝ ਤੁਰਦੀ ਉਦੋਂ ਲਾ ਲਿਓ ਜੇ। ਵੇਲ ਇਹਦੀ ਕਾਫੀ ਲੰਬੀ ਆ, ਧੌਣ ਦੀ ਲੰਬਾਈ ਕਾਫੀ ਆ, ਬਾਕੀ ਜਿਹੜਾ ਸਟਰਕਚਰ ਉਹ ਵੀਡੀਓ 'ਚੋਂ ਕਲੀਅਰ ਦਿਸ ਰਿਹਾ। ਇਹਦੇ ਥਣਾਂ ਦੀ ਗੱਲ ਕਰੀਏ ਤਾਂ ਇਹਦਾ ਡਿਜ਼ਾਇਨ ਥਣਾਂ ਦਾ ਥੋੜ੍ਹਾ ਜਿਹਾ ਹੋਰ ਆ, ਦੱਸੋ ਤੁਹਾਨੂੰ ਮੈਂ ਇਸ ਸਾਈਡ ਤੋਂ ਦਿਖਾਊਂਗਾ, ਦੇਖ ਸਕਦੇ ਹੋ ਇੱਦਾਂ ਦੇ ਥਾਣੇ ਦੇ ਪਾਸ ਕਰਕੇ ਲੈਂਦੀ ਉਹਨੇ ਥਣ ਵਧੀਆ ਕਰਕੇ ਰੂਮ ਵਰਗੀ ਪੋਲੀ ਆ। ਮੰਨ ਕੇ ਚੱਲ ਵੀ ਇਹਦਾ ਅਗਲਾ ਆਖੂਗਾ ਨਾ ਵੀ ਥਣ ਮੋਟਾ ਤੇ ਕਰੜੀ ਹੋਊਗੀ, ਰੂਮ ਵਰਗੀ ਪੋਲੀ ਆ ਬਾਈ। ਠੀਕ ਹੈ, ਜਾਨੀ ਨਰਮ ਚਵਾਈ ਦੀ। ਹਾਂ, ਨਰਮ ਚਵਾਈ ਥੋੜੀ। ਦੱਸੋ ਉਹ ਤੁਸੀਂ ਸ਼ੇਪ ਦੇਖ ਲਈ, ਬਾਕੀ ਤੁਸੀਂ ਪਾਸ ਕਰ ਸਕਦੇ ਹੋ ਆ ਕੇ। ਥੋੜੀ ਜਿਹੀ ਇੱਕ ਪਾਸੇ ਭਲੂਣ ਇਸ ਟਾਈਮ ਥੋੜੀ ਮਾਮੂਲੀ ਵੱਧ ਲੱਗਦੀ ਆ, ਬਾਕੀ ਹਜੇ ਜਿਵੇਂ ਜਿਵੇਂ ਭਰੂਗੀ ਹਵਾਨਾ ਭਰੂਗੀ ਤਾਂ ਉਵੇਂ ਉਵੇਂ ਕਲੀਅਰ ਹੋਣਾ। ਸੋ ਇੱਦਾਂ ਦਾ ਇਹਦਾ ਢਾਂਚਾ। ਅਤੇ ਦੂਜੀ ਮੱਝ ਜਿਹੜੀ ਖੜੀ ਹੈ ਦੱਸੋ, ਉਹ ਤਾਂ ਤੁਸੀਂ ਦੇਖ ਹੀ ਲਈਏ, ਇਹਦਾ ਥਣ ਹਵਾਨਾ ਵੀ ਤੁਸੀਂ ਦੇਖ ਲਿਆ। ਦੋਵਾਂ 'ਚੋਂ ਜਿਹੜਾ ਨਾਗ ਤੁਹਾਨੂੰ ਚੰਗਾ ਲੱਗੇ, ਇੱਕ ਦਾ ਰੇਟ 80 ਅਤੇ ਦੂਜੀ ਦਾ ਰੇਟ 85 ਹੈ, ਆਪਦੀ ਪਸੰਦ ਦਾ ਪਸ਼ੂ ਖਰੀਦ ਲਓ। ਮਿਹਰਬਾਨੀ।